ਵੱਡੀ ਖੁਸ਼ਖਬਰੀ ਜਿਨ੍ਹਾਂ ਮਹਿਲਾਵਾਂ ਨੇ ਚੋਣਾਂ ਤੋਂ ਪਹਿਲਾਂ ਆਪਣੇ 1-1000 ਰੁਪਏ ਵਾਲੇ ਫਾਰਮ ਅਪਲਾਈ ਕੀਤੇ ਸਨ ਜੀ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣਗੇ 1-1000 ਰੁਪਏ ਸਿੱਧਾ ਬੈਂਕ ਖਾਤਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣੀਆਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਮਹਿਲਾਵਾਂ ਨੂੰ 1-1000 ਪ੍ਰਤੀ ਮਹੀਨਾ ਦੇਣ ਦਾ ਜਰਾਵਾ ਉਹ ਐਲਾਨ ਕੀਤਾ ਸੀ ਠੀਕ ਹੈ ਜੀ ਦੇ ਹੁਣ ਪੰਜਾਬ ਸਰਕਾਰ ਵੱਲੋਂ ਇਸ ਨੂੰ ਬਹੁਤ ਜਲਦੀ ਪੂਰਾ ਕਰਨ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਆਪਣੀ ਪਹਿਲੀ ਗਰੰਟੀ ਬਿਜਲੀ ਮੁਫਤ ਨੂੰ ਲੈ ਕੇ ਜਿਹੜੀ ਸੀ ਆਪਣੇ ਵਾਅਦੇ ਤੇ ਖੜੀ ਉੱਤਰੀ ਹੈ ਤੇ ਹੁਣ ਆਪਣੀ ਦੂਜੀ ਗਰੰਟੀ 1-1000 ਪ੍ਰਤੀ ਮਹੀਨਾ ਦੇਣ ਦਾ ਐਲਾਨ ਜਾਰੀ ਕੀਤਾ ਹੈ ਉਸ ਤੇ ਕਾਫੀ ਚੇਰਤ ਹੋ ਜਰੀ ਹੈ ਪੰਜਾਬ ਕੈਬਨਿਟ ਮੰਤਰੀ ਆਪਣੇ ਪੰਜਾਬ ਕੈਬਨਿਟ ਦੇ ਵਿੱਚ ਮੀਟਿੰਗਾਂ ਕਰ ਰਹੇ ਹਨ ਤੇ ਇਸ ਕਰਕੇ ਜਿਹੜੀ ਟੱਡੀ ਪਹਿਲਾਵਾਂ ਨੂੰ ਇਸ ਦਾ ਲਾਭ ਬਹੁਤ ਜਲਦੀ ਜਰਾ ਦੇਖਣ ਨੂੰ ਮਿਲਣ ਵਾਲਾ ਹੈ ਜੀ ਤੇ ਦੱਸਦੀ ਕਿ ਜਿਨ੍ਹਾਂ ਮਹਿਲਾਵਾਂ ਨੇ ਫਾਰਮ ਅਪਲਾਈ ਨਹੀਂ ਸੀ ਕੀਤੇ ਜਾਂ ਜਿਨ੍ਹਾਂ ਨੇ ਅਪਲਾਈ ਕੀਤੇ ਹੋਏ ਸੀ ਤੇ ਪਰ ਉਹਨਾਂ ਦੇ ਜਿਹੜੇ ਡਾਕੂਮੈਂਟਸ ਉਹ ਪੂਰੇ ਨਹੀਂ ਸੀ ਤੇ ਇਹ ਤੁਹਾਨੂੰ ਦੱਸਦੀ ਕਿ ਤੁਸੀਂ ਆਪਣੇ ਜਲਦੀ ਤੋਂ ਆਪਣੇ ਡਾਕੂਮੈਂਟਸ ਪੂਰੇ ਕਰ ਲਓ ਅਤੇ ਨਾਲ ਹੀ ਆਪਣਾ ਜਿਹੜਾ ਬੈਂਕ ਖਾਤਾ ਜਿਹੜਾ ਵਾ ਉਹ ਇੱਕ ਖਲਵਾ ਲਓ ਜਿਨ੍ਹਾਂ ਔਰਤਾਂ ਨੇ ਆਪਣਾ ਬੈਂਕ ਖਾਤਾ ਨਹੀਂ ਖਲਵਾਇਆ ਉਹ ਜਲਦੀ ਤੋਂ ਆਪਣਾ ਬੈਂਕ ਖਾਤਾ ਉਹ ਓਪਨ ਕਰਵਾ ਲਓ ਤੇ ਨਾਲ ਹੀ ਆਪਣਾ ਜਿਹੜਾ ਆਧਾਰ ਕਾਰਡ ਉਹ ਪੈਨ ਕਾਰਡ ਨਾਲ ਲਿੰਕ ਕਰਾਓ ਪਲੱਸ ਆਪਣੇ ਵੋਟਰ ਆਈਡੀ ਕਾਰਡ ਨਾਲ ਜਿਹੜਾ ਲਿੰਕ ਕਰਵਾਓ ਤਾਂ ਜੋ ਸਰਕਾਰ ਤੱਕ ਜਿਹੜਾ ਤੁਹਾਡਾ ਬਾਇਓ ਡਾਟਾ ਜਿਹੜਾ ਵਾ ਉਹ ਸਾਰਾ ਪਹੁੰਚ ਸਕੇ ਉਸ ਤੋਂ ਬਾਅਦ ਹੀ ਜਿਹੜੀ ਵੀ ਜਰੂਰਤਮੰਦ ਜਿਹੜੀਆਂ ਮਹਿਲਾਵਾਂ ਹਨ ਉਹਨਾਂ ਦੇ ਖਾਤੇ ਵਿੱਚ ਜਿਹੜੇ ਆ ਉਹ 1-1000 ਰੁਪਏ ਪ੍ਰਤੀ ਮਹੀਨਾ ਸਕੀਮ ਜਿਹੜੀ ਆ ਉਹ ਲਗੂ ਕੀਤੀ ਜਾਵੇਗੀ ਜੀ ਤੇ ਬਹੁਤ ਜਲਦੀ ਇਸ ਦਾ ਜਿਹੜਾ ਵਾ ਆਫੀਸ਼ੀਅਲੀ ਨੋਟੀਫਿਕੇਸ਼ਨ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਹੈ ਜੀ ਜਦੋਂ ਵੀ ਇਸ ਦਾ ਕੋਈ ਵੀ ਨੋਟੀਫਿਕੇਸ਼ਨ ਆਊਟ ਕੀਤਾ ਜਾਏਗਾ ਉਸ ਦੀ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਨੂੰ ਇਸ 채ਨਲ ਤੇ ਪ੍ਰੋਵਾਈਡ ਕਰ ਦਿੱਤੀ ਜਾਏਗੀ ਜੀ ਅਤੇ ਕਿਵੇਂ ਉਸ ਨੂੰ ਅਪਲਾਈ ਕਰਨਾ ਹੈ ਜੀ ਸਾਰੀ ਡਿਟੇਲ ਜਾਣਕਾਰੀ ਦਿੱਤੀ ਜਾਏਗੀ ਜੀ ਪਰ ਉਸ ਤੋਂ ਪਹਿਲਾਂ ਜਿਹੜੇ 채ਨਲ ਉਤੇ ਪਹਿਲੀ ਵਾਰ ਆਏ ਹਨ 채ਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰ ਲੈਣਾ ਜੀ ਮਿਲਦੇ ਆ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਸੀ ਗਾਲ